ਚੈਨਲ ਦੇਖਣ ਵਾਲਿਆਂ ਨੂੰ ਮੈਂ ਜੀ ਆਇਆਂ ਆਖਦਾ ਹਾਂ ਜੀ ਅੱਜ ਆਪਾਂ ਚੋਣਾਂ ਬਾਰੇ ਮੌਸਮ ਬਾਰੇ ਅਤੇ ਮਲਾਜਮਾਂ ਦੇ ਸੰਘਰਸ਼ ਬਾਰੇ ਜੋ ਜਾਣਕਾਰੀ ਦਵਾਂਗੇ ਜੀ ਹੁਣ ਮੇਰੀ ਬੇਨਤੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪੰਜਾਬ ਵਿੱਚ ਚੋਣਾਂ ਦੀ ਮਿਤੀ ਵਧਾ ਦਿੱਤੀ ਗਈ ਹੈ 14 ਫਰਵਰੀ ਬਜਾਏ 20 ਫਰਵਰੀ ਨੂੰ ਵੋਟਾਂ ਪੈਣਗੀਆਂ ਚੋਣ ਕਮਿਸ਼ਨ ਨੇ ਇਹ ਫੈਸਲਾ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤੀ ਗਈ ਅਪੀਲ ਮਗਰੋਂ ਲਿਆ ਹੈ ਭਗਤ ਰਵਦਾਸ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰਾਦ ਹੋਏ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਕਮਿਸ਼ਨ ਨੂੰ ਵੋਟਾਂ ਦੀ ਮਿਤੀ ਅੱਗੇ ਵਧਾਉਣ ਦੀ ਅਪੀਲ ਕੀਤੀ ਗਈ ਸੀ। ਚੋਣ ਕਮਿਸ਼ਨ ਨੇ ਇਸ ਬਾਰੇ ਅੱਜ ਅਹਿਮ ਮੀਟਿੰਗ ਕਰਕੇ ਚੋਣਾਂ ਦੀ ਤਰੀਕ 20 ਫਰਵਰੀ ਕਰ ਦਿੱਤੀ ਹੈ। ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ 14 ਫਰਵਰੀ ਨੂੰ ਵੋਟਾਂ ਪੈਣੀਆਂ ਪੈਣਗੀਆਂ। ਇਸ ਲਈ ਕਿ ਸਿਆਸੀਆਂ ਪਾਰਟੀਆਂ ਨੇ ਭਗਤ ਰਵਦਾਸ ਦੇ ਜਨਮ ਦਿਹਾੜੇ ਨੂੰ ਮੌਕਾ ਦੇ ਹੋਏ ਚੋਣ ਕਮਿਸ਼ਨ ਨੂੰ ਚੋਣਾਂ ਦੀਆਂ ਤਰੀਕਾਂ ਵਧਾਉਣ ਦੀ ਅਪੀਲ ਕੀਤੀ ਸੀ। ਇਹ ਮੰਗ ਕਰਨ ਵਾਲੀਆਂ ਸੱਤਾਧਾਰੀ ਕਾਂਗਰਸ ਦੇ ਨਾਲ-ਨਾਲ ਬਸਪਾ ਭਾਜਪਾ ਤੇ ਸੋਨੇ ਕਾਲੀ ਦਲ ਅਤੇ ਪੰਜਾਬ ਲੋਕ ਕਾਂਗਰਸ ਨੇ ਅਪੀਲ ਕੀਤੀ ਸੀ ਜਿਉਣ ਕਮਿਸ਼ਨ ਨੂੰ ਚੋਣ ਕਮਿਸ਼ਨ ਨੂੰ ਇਹ ਵੀ ਲਈ ਦਿੱਤੀ ਕਿ ਤੁਸੀਂ ਤਰੀਕ ਵਿੱਚ ਵਾਅਦਾ ਕਰੋ ਤੇ ਹੁਣ ਜੋ ਵੋਟਾਂ ਹਨ ਉਹ 20 ਫੀਸਦੀ ਬਣ ਗਈਆਂ ਜੀ ਦੇਸ ਦੇ ਕਈ ਰਾਜਾਂ ਵਿੱਚ ਇੰਨੀ ਨਹੀਂ ਕੜਾਕੇ ਦੀ ਠੰਡ ਪੈ ਰਹੀ ਹੈ ਪੰਜਾਬ ਹਰਿਆਣਾ ਦੇ ਰਾਜਸਥਾਨ ਵਿੱਚ ਵੀ ਠੰਡ ਦਾ ਕਹਿ ਜਾਰੀ ਹੈ ਇਸ ਦੇ ਨਾਲ ਇਹ ਸੰਗਣੀ ਠੰਡ ਵੀ ਲਗਾਤਾਰ ਜਾਰੀ ਹੈ ਇਸ ਦੌਰਾਨ ਤਾਬਾ ਨੂੰ ਜਗਰਾਵਡ ਦਰਜ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਮੌਸਮ ਵਿਭਾਗ ਅਨਸਾਰ ਅਗਲੇ 2-3 ਦਿਨਾਂ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਬਹੁਤਾਂ ਹਿੱਸਿਆਂ ਵਿੱਚ ਬੱਦਲ ਛਾਏ ਰਣਗੇ ਜੀ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਵਿੱਚ ਠੰਣ ਠੰਣ ਦਾ ਗੈਸ ਜਾਰੀ ਹੈਗਾ ਜੀ 6ਵੇਂ ਪੇਕ ਕਮਿਸ਼ਨ ਬਾਰੇ ਜੋ ਮਲਾਜ ਨਿਯਤਬੰਦੀ ਹਨ ਉਹਨਾਂ ਨੇ 16 ਜਨਵਰੀ ਨੂੰ ਦੰਦਰ ਵਿਖੇ ਕੰਵੈਨਸ਼ਨ ਕਰਕੇ ਆਉਣ ਵਾਲੇ ਸਮੇਂ ਵਿੱਚ ਜੋਸ਼ ਹਾਸਲ ਅਲਿਖੇ ਜਾਵੇਗਾ ਚੋਣ ਜਿਆਦਾ ਲੱਗ ਚੁੱਕਿਆ ਹੈ ਪਰ ਉਹਨਾਂ ਵੋਟਾਂ ਵੀ ਨੇੜੇ ਆ ਰਹੀਆਂ ਹਨ ਉਸ ਨੂੰ ਦੇ ਦੇ ਹੋਏ ਜੋ ਮਲਾਂ ਜਥੇਬੰਦੀਆਂ ਨੂੰ ਕਨਵੈਨਸ਼ਨਾਂ ਗਾਰਿਆਂ ਮੀਟਿੰਗਾਂ ਆ ਰਹੇ ਹਨ ਤੇ ਆਪਣੇ ਜੋ ਮੰਗਾਂ ਬਾਰੇ ਵਿਚਾਰ ਕਰ ਰਹੇ ਹਨ ਜੀ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ